ਜਿਹੜੀ ਕੈਨੇਡਾ ਦੀ ਮਿਊਨਿਸਪਲ ਲੈਵਲ ਦੀ ਜਿਹੜੀ ਪੋਲਿਟਿਕਸ ਹੈ ਨਾ, ਇੱਦਾਂ ਲੱਗਦਾ ਜਿੱਦਾਂ ਗ੍ਰੇਡ 10 ਦੇ ਸਟੂਡੈਂਟ ਚਲਾ ਰਹੇ ਹੁੰਦੇ ਆ। ਉਹਦਾ ਕਾਰਨ ਪਤਾ ਕੀ ਆ? ਪਹਿਲਾਂ ਡਾਟਾ ਦਿਓ ਕਿੰਨੇ ਪਰਮਾਨੈਂਟ ਰੈਜੀਡੈਂਟ ਹੈ ਜਿਹੜੇ ਘਰ ਓਨ ਕਰਦੇ ਨੇ, ਪ੍ਰੋਪਰਟੀ ਟੈਕਸ ਦਿੰਦੇ ਨੇ, ਜਾਂ ਜਿਹੜੇ ਸਿਟੀ ਦੇ ਯੂਟਿਲਿਟੀ ਬਿੱਲ ਜਾਂ ਹੋਰ ਜੋ ਵੀ ਖਰਚੇ ਆ ਉਹ ਦਿੰਦੇ ਨੇ। ਉਹ ਡਾਟਾ ਲਿਆਓ ਪਹਿਲਾਂ ਤਾਂ, ਕਿੰਨੇ ਪਰਸੈਂਟ ਹੈ ਜਿਹੜੇ ਰੈਂਟ 'ਤੇ ਰਹਿੰਦੇ ਨੇ, ਕਿੰਨੇ ਪਰਸੈਂਟ ਹੈ ਜਿਹੜੇ ਘਰ ਓਨ ਕਰਦੇ ਨੇ, ਠੀਕ ਹੈ। ਦੂਸਰੀ ਗੱਲ, ਸਿਟੀ ਤਾਂ ਜਿਹੜੇ ਪੂਰੇ ਸਿਟੀਜਨ ਹੈਗੇ ਨਾ ਕੈਨੇਡਾ ਦੇ ਸਿਟੀਜਨ, ਇੱਕ ਸ਼ਹਿਰ 'ਚ 12 ਸਾਲ, ਮੈਨੂੰ 12 ਸਾਲ ਰਹਿ ਗਏ ਐਡਮਿੰਟਨ 'ਚ ਰਹਿੰਦੇ ਨੂੰ ਹੋ ਗਏ। ਮੈਂ ਜੋ ਵੀ ਮਿਊਨਸੀਪੈਲਿਟੀ ਨੂੰ ਇਨਪੁੱਟ ਦਿੱਤੀ, ਆਪਣਾ ਓਪੀਨੀਅਨ ਸ਼ੇਅਰ ਕੀਤਾ, ਉਹਨੇ ਕਦੇ ਕੰਸਿਡਰ ਹੀ ਨਹੀਂ ਕੀਤਾ ਉਹਨੂੰ ਅਕਨੋਲੇਜ ਕਰਨਾ, ਉਹਨੂੰ ਇਨਕਲੂਡ ਕਰਨਾ ਤਾਂ ਦੂਰ ਦੀ ਗੱਲ, ਅਕਨੋਲੇਜ ਵੀ ਨਹੀਂ ਕੀਤਾ ਕਦੀ, ਠੀਕ ਹੈ। ਮੇਰੇ ਲਿਖੇ ਲੈਟਰ ਇੱਦਾਂ ਰੱਦੀ 'ਚ ਸੁੱਟੇ ਨੇ ਉਹਨਾਂ ਨੇ, ਜਿਵੇਂ ਮੈਂ ਕੈਨੇਡਾ ਦਾ ਹਿੱਸਾ ਹੀ ਨਹੀਂ ਹੁੰਦਾ, ਜਦਕਿ ਮੈਂ ਕੈਨੇਡੀਅਨ ਸਿਟੀਜ਼ਨ ਹਾਂ ਪਿਛਲੇ 15 ਸਾਲ ਤੋਂ। ਇੱਕ ਵੀ ਓਪੀਨੀਅਨ ਮੇਰਾ ਉਹਨੀ ਮਿਊਨਸੀਪੈਲਿਟੀ ਦੇ ਵਿੱਚ ਜਿਹੜਾ ਮੈਂ ਔਫਰ ਕੀਤਾ ਉਹਨੇ ਇਨਕਲੂਡ ਨਹੀਂ ਕੀਤਾ, ਅਕਨੋਲੇਜ ਵੀ ਨਹੀਂ ਕੀਤਾ। ਮੈਂ ਤਾਂ ਬਿਜ਼ਨਸ ਲਾਇਸੈਂਸ ਦੀ ਫੀ ਵੀ ਪੇ ਕਰ ਰਿਹਾ, ਹੁਣ ਵੀ ਪੇ ਕਰ ਰਿਹਾ, ਪਹਿਲਾਂ ਵੀ ਕਰਦਾ ਸੀਗਾ। ਮੈਨੂੰ ਬਿਜ਼ਨਸ ਕਰਨਾ ਵੀ ਅਲਾਓ ਨਹੀਂ ਕੀਤਾ ਉਹਨਾਂ ਨੇ ਆਪਣੇ ਸਿਟੀ ਦੇ ਵਿੱਚ। ਸੋ ਜਿਹੜੀ ਸਿਵਿਕ ਇਲੈਕਸ਼ਨ ਹੈ ਨਾ, ਮੈਨੂੰ ਲੱਗਦਾ ਅਗਰ ਸਿਵਿਕ ਗੌਰਮੈਂਟ ਇਹ ਹਟਾ ਦਈਏ ਨਾ, ਤਾਂ ਕੈਨੇਡੀਅਨ ਸਿਟੀਜ਼ਨਾਂ ਦਾ ਖਰਚਾ ਬਚੂਗਾ, ਸਿੱਧਾ ਪ੍ਰੋਵਿੰਸ ਦੀ ਜਿਹੜੀ ਪ੍ਰੋਵਿੰਸ਼ੀਅਲ ਗੌਰਮੈਂਟ ਹੈ ਉਹੀ ਚਲਾਵੇ ਸਿਟੀ ਆਪਣੇ ਅੰਡਰ, ਇਹਨਾਂ ਨੂੰ ਨਹੀਂ ਚਲਾਉਣਾ ਆਉਂਦਾ। ਇਹ ਸਿਰਫ ਖਰਚੇ ਵਧਾਉਣਾ ਜਾਣਦੇ, ਇਹਨਾਂ ਨੂੰ ਆਉਂਦਾ ਹੀ ਕੁਛ ਨਹੀਂ ਹੈਗਾ।